ਜੇਲਮ ਦੀ ਇੱਕ ਐਸੀ ਪਹਾੜੀ ਜਿੱਥੇ ਸਦੀਆਂ ਤੋਂ ਕੋਈ ਬਾਦਸ਼ਾਹੀ ਮੰਗਣ ਆਉਂਦਾ ਰਿਹਾ ਅਤੇ ਕੋਈ ਮਹਿਬੂਬ ਮੰਗਣ, ਕੋਈ ਦੌਲਤ ਮੰਗਣ ਆਉਂਦਾ ਰਿਹਾ ਅਤੇ ਕੋਈ ਸ਼ੋਹਰਤ ਮੰਗਣ, ਕੋਈ ਦੁਨੀਆ ਦਾ ਜਾਹੋ ਜਲਾਲ ਮੰਗਣ ਆਉਂਦਾ ਰਿਹਾ ਅਤੇ ਕੋਈ ਰੱਬ ਦਾ ਕੁਰਬ ਹਾਸਲ ਕਰਨ ਲਈ, ਕੋਈ ਇੱਥੇ ਜੋਗ ਲੈਣ ਆਉਂਦਾ ਰਿਹਾ ਅਤੇ ਕਿਸੇ ਨੇ ਇੱਥੇ ਆ ਕੇ ਆਪਣੇ ਕੰਨ ਪੜਵਾਏ। ਜੇਲਮ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ 'ਤੇ ਸਤਾ ਸਮੁੰਦਰ ਤੋਂ 3200 ਫੁੱਟ ਦੀ ਉਚਾਈ 'ਤੇ ਟਿੱਲਾ ਜੋਗੀਆਂ ਦੇ ਉਜੜੇ ਖੰਡਰ ਜਿੱਥੇ ਸਦੀਆਂ ਦਾ ਇਤਿਹਾਸ ਆਪਣੇ ਆਖਰੀ ਸਾਹ ਲੈ ਰਿਹਾ ਹੈ। ਆਪਣੇ ਦੌਰ ਵਿੱਚ ਇਹ ਥਾਂ ਜੋਗੀਆਂ ਦੀ ਇੱਕ ਐਸੀ ਬਸਤੀ ਸੀ ਜਿੱਥੇ ਉਸ ਵੇਲੇ ਦੇ ਬਾਦਸ਼ਾਹ ਅਤੇ ਹੁਕਮਰਾਨ ਆਪਣੀ ਹਕੂਮਤ ਅਤੇ ਬਾਦਸ਼ਾਹੀ ਨੂੰ ਕਾਇਮ ਰੱਖਣ ਲਈ ਜੋਗੀਆਂ ਦੀ ਸੇਵਾ ਕਰਿਆ ਕਰਦੇ ਸਨ। ਟਿੱਲੇ ਦੇ ਉੱਚੇ ਨੀਵੇਂ ਅਤੇ ਪਥਰੀਲੇ ਰਾਹ, ਪੁਰਾਤਨ ਮੰਦਰ, ਬੁਝੇ ਦੇਵੀਆਂ ਦੇ ਨਿਸ਼ਾਨਾਤ, ਸੁੱਕੇ ਖੁਸ਼ਕ ਤਲਾਬ ਅਤੇ ਹਜ਼ਾਰਾਂ ਸਾਲ ਪੁਰਾਣੇ ਅਤੇ ਬੁੱਢੇ ਦਰਖਤ, ਚਾਰੋਂ ਪਾਸੇ ਗੂੰਜਦਾ ਸੰਨਾਟਾ, ਇਹ ਸਾਰੀਆਂ ਬੇਜ਼ੁਬਾਨ ਖਾਮੋਸ਼ੀਆਂ ਗਵਾਹ ਨੇ ਕਿ ਇੱਥੇ ਰਾਜਾ ਪੂਰਸ, ਸਿਕੰਦਰ ਆਜ਼ਮ, ਅਕਬਰ ਬਾਦਸ਼ਾਹ ਤੋਂ ਲੈ ਕੇ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਆ ਕੇ ਇਸ ਥਾਂ ਦੀ ਰੌਣਕ ਵਧਾਈ। ਲੇਕਿਨ ਇੱਥੇ ਅੱਜ ਦੂਰ ਦੂਰ ਤੱਕ ਵੀਰਾਨੀ ਛਾਈ ਹੋਈ ਹੈ। ਟਿੱਲਾ ਜੋਗੀਆਂ ਦਾ ਇਤਿਹਾਸ ਸਦੀ ਦੋ ਸਦੀ ਨਹੀਂ ਬਲਕਿ ਲਗਭਗ 3000 ਸਾਲ ਤੋਂ ਵੀ ਪੁਰਾਣਾ ਹੈ। ਟਿੱਲਾ ਜੋਗੀਆਂ ਬਜ਼ਾਹਰ ਤਾਂ ਇੱਕ ਆਮ ਜਿਹੀ ਇਬਾਦਤਗਾਹ ਨਜ਼ਰ ਆਉਂਦੀ ਹੈ, ਲੇਕਿਨ ਇਤਿਹਾਸ ਦੇ ਪੰਨਿਆਂ ਤੋਂ ਧੂੜ ਹਟਾਈ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਥਾਂ 'ਤੇ ਕਬਲੇ ਮਸੀਹ ਵਿੱਚ ਵੀ ਆਬਾਦ ਸੀ। ਟਿੱਲਾ ਜੋਗੀਆਂ ਨੂੰ ਟਿੱਲਾ ਬਾਲਨਾਥ, ਟਿੱਲਾ ਉਦਾਸੀਆਂ, ਟਿੱਲਾ ਬਾਬਾ ਨਾਨਕ, ਟਿੱਲਾ ਬਾਲ ਗੁੰਦਾਈ, ਟਿੱਲਾ ਗੋਰਖਨਾਥ ਅਤੇ ਟਿੱਲਾ ਰਾਂਝਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਟਿੱਲੇ 'ਤੇ ਨਾਥ ਪੰਥੀਆਂ ਦੇ ਰਹਿਬਰਾਂ ਦੇ ਕਾਫ਼ੀ ਅਸਥਾਨ ਮੌਜੂਦ ਨੇ, ਜਿਨ੍ਹਾਂ ਵਿੱਚੋਂ ਸ਼ਿਵ ਸ਼ੰਕਰ ਭੋਲੇਨਾਥ ਜੀ, ਜਿਨ੍ਹਾਂ ਨੂੰ ਸਾਰੇ ਹੀ ਜੋਗੀਆਂ ਦਾ ਸਵਾਮੀ ਮੰਨਿਆ ਜਾਂਦਾ ਹੈ, ਜਿਨ੍ਹਾਂ ਨੇ ਜੋਗੀਆਂ ਤੋਂ ਅੱਗੇ 12 ਪੰਥ ਚਲਾਏ ਸਨ, ਉਹਨਾਂ ਦਾ ਅਸਥਾਨ ਵੀ ਮੌਜੂਦ ਹੈ। ਉਸ ਤੋਂ ਬਾਅਦ ਗੋਰਖਨਾਥ ਜੀ ਦਾ ਮੰਦਰ ਵੀ ਇੱਥੇ ਹੈ। ਗੋਰਖਨਾਥ ਜੀ 9 ਨਾਥਾਂ ਵਿੱਚੋਂ ਆਉਂਦੇ ਹਨ। ਗੋਰਖਨਾਥ ਜੀ ਨੇ ਹੀ ਕਨਪਠਾ ਗ੍ਰੰਥ ਚਲਾਇਆ ਸੀ। ਇਸ ਤੋਂ ਇਲਾਵਾ ਟਿੱਲਾ ਜੋਗੀਆਂ 'ਤੇ ਅਸਥਾਨ ਬਾਬਾ ਮਛਿੰਦਰ ਨਾਥ ਜੀ ਕਾ, ਅਸਥਾਨ ਬਾਬਾ 9 ਨਾਥਾਂ ਕਾ, ਅਸਥਾਨ ਬਾਲਕ ਨਾਥ ਜੀ ਅਤੇ ਅਸਥਾਨ ਬਾਬਾ ਬੇਰੋ ਨਾਥ ਜੀ ਦਾ ਮੌਜੂਦ ਹੈ। ਇਤਿਹਾਸ ਦੱਸਦਾ ਹੈ ਕਿ ਉਸ ਵੇਲੇ ਦੇ ਜੋਗੀ ਇਲਮ, ਗਿਆਨ, ਤਹਿਕੀਕ ਅਤੇ ਖੋਜ ਵਿੱਚ ਮਸਰੂਫ ਰਿਹਾ ਕਰਦੇ ਸਨ। ਮੁਖਤਲਿਫ ਹਵਾਲਿਆਂ ਦੇ ਮੁਤਾਬਿਕ ਇਨ੍ਹਾਂ ਹੀ ਜੋਗੀਆਂ ਨੇ ਦੇਸੀ ਤਰੀਕੇ ਇਲਾਜ, ਆਯੁਰਵੈਦਿਕ, ਜੜੀ ਬੂਟੀਆਂ ਦਾ ਗਿਆਨ, ਇਲਮੇ ਨਜੂਮ ਯਾਨੀ ਸਿਤਾਰਿਆਂ ਦਾ ਇਲਮ ਅਤੇ ਯੋਗਾ ਦਾ ਫਨ ਇਜਾਦ ਕੀਤਾ। ਟਿੱਲੇ ਦੇ ਚੰਗੇ ਵੇਲਿਆਂ ਵੇਲੇ ਹਰ ਸਾਲ 14 ਮਾਘ ਨੂੰ ਇੱਕ ਧੂਮ ਧਾਮ ਦੇ ਨਾਲ ਇੱਕ ਮੇਲਾ ਲੱਗਿਆ ਕਰਦਾ ਸੀ, ਜਿਸ ਦਾ ਸ਼ੁਮਾਰ ਬਰੇਸਗੀਰ ਦੇ ਵੱਡੇ ਮੇਲਿਆਂ ਵਿੱਚ ਹੁੰਦਾ ਸੀ। ਇਸੇ ਹੀ ਪਹਾੜੀ ਦੇ ਚੋਟੀ 'ਤੇ ਬਹਿ ਕੇ ਜੋਗੀ ਦਿਨਾਂ, ਮਹੀਨਿਆਂ ਅਤੇ ਸਾਲਾਂ ਦਾ ਹਿਸਾਬ ਲਾਇਆ ਕਰਦੇ ਸਨ। ਇਹਦੇ ਲਈ ਉਹ ਚੜ੍ਹਦੇ ਸੂਰਜ ਦੀਆਂ ਕਿਰਨਾਂ ਨੂੰ ਨਾਪ ਤੋਲ ਕੇ ਵਕਤ ਨੂੰ ਜਾਂਚਦੇ ਅਤੇ ਸਮੇਂ ਦਾ ਹਿਸਾਬ ਲਾਉਣ ਲਈ ਘੜਿਆਲ ਬਣਾਉਂਦੇ। 8 ਪਹਿਰਾਂ ਦੀ ਇਜਾਦ ਇਨ੍ਹਾਂ ਹੀ ਜੋਗੀਆਂ ਦੀ ਸੀ। ਇਤਿਹਾਸਕਾਰ ਲਿਖਦੇ ਨੇ ਕਿ ਇਸ ਟਿੱਲੇ 'ਤੇ ਇੱਕ ਜੋਗੀ ਬਾਲ ਗੁੰਦਾਈ ਨਾਥ ਸੀ, ਜੋ ਜੇਲਮ ਤੋਂ 12 ਕੋਹ ਪੱਛਮ ਵੱਲ ਇੱਕ ਪਹਾੜੀ ਦੇ ਟਿੱਲੇ ਉੱਪਰ ਰਿਹਾ ਕਰਦਾ ਸੀ। ਇਹ ਇੱਕ ਪਰਉਪਕਾਰੀ ਅਤੇ ਰਹਿਮ ਦਿਲ ਸਾਧੂ ਸੀ। ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਜੀ ਇਸ ਦੇ ਆਸ਼ਰਮ ਵਿੱਚ ਹੀ ਪਧਾਰੇ ਸਨ। ਸਾਹਿਬ ਸ੍ਰੀ ਗੁਰੂ ਨਾਨਕ ਜੀ ਨੇ ਇੱਥੇ ਦੇ ਜੋਗੀਆਂ ਨੂੰ ਇੱਕ ਰੱਬ ਦਾ ਸੰਦੇਸ਼ ਦਿੱਤਾ ਅਤੇ ਵਹਿਮਾਂ ਪਰਮਾਂ ਵਿੱਚੋਂ ਕੱਢਿਆ। ਸਾਹਿਬ ਸ੍ਰੀ ਗੁਰੂ ਨਾਨਕ ਜੀ ਇੱਥੇ ਦੇ ਜੋਗੀਆਂ ਨੂੰ ਮੁਖਾਤਬ ਹੋ ਕੇ ਆਖਿਆ ਕਿ ਉਹ ਗ੍ਰਹਿਸਥੀ ਜੀਵਨ ਵਿੱਚ ਰਹਿ ਕੇ ਵੀ ਰੱਬ ਨੂੰ ਪ੍ਰਾਪਤ ਕਰ ਸਕਦੇ ਹਨ। ਜਿਸ ਤੋਂ ਬਾਅਦ ਬਾਲ ਗੁੰਦਾਈ ਅਤੇ ਜੋਗੀ ਸਾਹਿਬ ਸ੍ਰੀ ਗੁਰੂ ਨਾਨਕ ਜੀ ਦੇ ਸ਼ਰਧਾਲੂ ਬਣ ਗਏ। ਕੁਝ ਸਿੱਖ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰਬਾਣੀ ਸਿੱਧ ਗੋਸ਼ ਦੇ ਕੁਝ ਹਿੱਸੇ ਦਾ ਉਚਾਰਨ ਟਿੱਲਾ ਜੋਗੀਆਂ ਉੱਪਰ ਹੀ ਹੋਇਆ ਸੀ। ਸਰਕਾਰੇ ਖਾਲਸਾ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਜੋਗੀਆਂ ਲਈ ਇੱਕ ਬਹੁਤ ਵੱਡਾ ਸਰੋਵਰ ਬਣਾਇਆ ਅਤੇ ਬਹੁਤ ਸਾਰੀਆਂ ਇਮਾਰਤਾਂ ਵੀ ਕਾਇਮ ਕੀਤੀਆਂ, ਜਿਸ ਕਾਰਨ ਇੱਥੇ ਦੀ ਪ੍ਰਫੁੱਲਤਾ ਹੋਰ ਵੱਧ ਗਈ। ਲੇਕਿਨ ਵੰਡ ਵੇਲੇ ਟਿੱਲਾ ਜੋਗੀਆਂ ਸਦਾ ਲਈ ਹੀ ਉਜੜ ਗਿਆ। ਹੌਲੇ ਹੌਲੇ ਸਭ ਜੋਗੀ ਆਪਣੇ ਦੇਸ ਟਿੱਲੇ ਨੂੰ ਛੱਡ ਕੇ ਚਲੇ ਗਏ। ਇੱਕ ਰਿਕਾਰਡ ਦੇ ਮੁਤਾਬਿਕ ਇੱਥੇ ਲਗਭਗ 60% ਸਿੱਖ ਅਤੇ ਹਿੰਦੂ ਜੋਗੀ ਹੋਇਆ ਕਰਦੇ ਸਨ, ਜਦਕਿ 40% ਮੁਸਲਮਾਨ ਜੋਗੀ ਸਨ। ਵੰਡ ਤੋਂ ਬਾਅਦ
सवा लख दे करीब जोगियां नू ए टिल्ला हमेशा हमेशा लई छड़ना पिया। तारीखदाना दे मुताबिक इना असारे कदीमा दी तबाही इना लोकां दी वजह नाल होई जेड़े इत्थे खजाने दी तलाश विच आउंदे ने अते इना थावां नू पुट देंदे ने। कुछ वरियां पहले तिकर इत्थे सरोवर साहब दे नाल नाल बहुत सारियां समाधियां अते छोटे छोटे कई मंदिर होया करते सन जो हुण वेखण नूं नहीं मिलते। जोगियां दा ए टिल्ला बरे सगीर पाको हिंद विच मजहबी हमांगी दी एक बेहतरीन मिसाल सी जिथे हर मजहब दी जोगी अपने मर्जी दे नाल इबादत करिया करदे सन। हिंदुआं ते सिखां लई ए टिल्ले दी एक बहुत वड्डी अहमियत है। इहनां मकामात नूं बहाल करके मजहबी सियाहत नूं उजागर कीता जा सकदा है।